ਸਤਿ ਸ਼੍ਰੀ ਅਕਾਲ ਦੋਸਤੋ ਮੈਂ ਜਗਸੀਰ ਅੱਜ ਇੱਕ ਹੋਰ ਐਪੀਸੋਡ ਲੈ ਕੇ ਹਾਜ਼ਰ ਹਾਂ ਇਸ ਬੁੱਕ ਦਾ ਦੀ ਸਾਈਕੋਲੋਜੀ ਆਫ ਮਨੀ ਦਾ ਅਥੇ ਦਾ ਮਨੋਵਿਗਿਆਨ ਟਾਈਮਲੈਸ ਲੈਸਨਸ ਔਨ ਵੈਲਥ ਗਰੀਡ ਐਂਡ ਹੈਪੀਨੈਸ ਮਾਰਗਨ ਹਾਊਸਲ ਇਸ ਬੁੱਕ ਦੇ ਰਾਈਟਰ ਨੇ ਇਸ ਤੋਂ ਪਹਿਲਾਂ ਆਪਾਂ ਇਸ ਬੁੱਕ ਦੀ ਇੰਟਰੋਡਕਸ਼ਨ ਤੇ ਇਸ ਦਾ ਦੂਸਰਾ ਚੈਪਟਰ ਕਵਰ ਕਰ ਦਿੱਤਾ ਤੁਸੀਂ ਉਸ ਵੀਡੀਓਜ਼ ਨੂੰ ਇੱਥੇ ਆਈ ਬਟਨ ਤੋਂ ਜਾਂ ਮੇਰੀ ਪ੍ਰੋਫਾਈਲ ਵਿੱਚ ਜਾ ਕੇ ਦੇਖ ਸਕਦੇ ਹੋ ਅੱਜ ਜਿਹੜਾ ਲੈਸਨ ਹੈ ਅੱਜ ਤੀਜੇ ਲੈਸਨ ਦੇ ਗੱਲ ਕਰਾਂਗੇ ਲੈਸਨ ਦਾ ਨਾਮ ਹੈਗਾ ਨੈਵਰ ਇਨਫ ਵੈਨ ਰਿਚ ਪੀਪਲ ਡੂ ਕ੍ਰੇਜ਼ੀ ਥਿੰਗਸ ਇਸ ਚੈਪਟਰ ਦੇ ਵਿੱਚ ਦੱਸਿਆ ਕਿ ਇਨਫ ది ਸੈਂਸ ਇਨਸਾਨ ਵਿੱਚ ਹੋਣੀ ਕਿੰਨੀ ਜ਼ਰੂਰੀ ਆ ਤਾਂ ਇੱਥੇ ਨਾ ਸਟਾਰਟਿੰਗ ਵਿੱਚ ਇੱਕ ਐਗਜ਼ਾਮਪਲ ਦਿੰਦੇ ਆ ਰਜਤ ਗੁਪਤਾ ਨਾਮ ਦੇ ਇਨਸਾਨ ਦੀ ਉਹ ਕੋਲਕਾਤਾ ਵਿੱਚ ਪੈਦਾ ਹੋਇਆ ਔਰਫਨ ਸੀ ਤੇ ਉਹ ਬੰਦੇ ਨੂੰ ਕੋਈ ਮਤਲਬ ਹੁਣ ਅਨਾਥ ਸਿਗਾ ਬੰਦਾ ਉਹਨੂੰ ਕਿੰਨੀ ਕਸੂਰਤ ਮਿਲੀ ਹੋਣੀ ਜਾਂ ਕਿਵੇਂ ਹੋਣਾ ਪਰ ਉਹ ਬੰਦਾ ਮਿਹਨਤ ਕਰਕੇ ਕੁਝ ਜਿਵੇਂ ਪਿਛਲੇ ਪਿਛਲੇ ਚੈਪਟਰ ਵਿੱਚ ਦੱਸਿਆ ਨਾ ਕਿ ਉਹਦੀ ਲੱਕ ਲੱਕ ਕਿੰਨਾ ਇੰਪੋਰਟੈਂਟ ਹੁੰਦੀ ਜਿਆਦਾ ਲੱਕ ਦਾ ਆਪਣੀ ਲਾਈਫ ਦੇ ਵਿੱਚ ਤਾਂ ਉਹ ਬੰਦੇ ਨੇ ਕਾਫੀ ਕੁਝ ਅਚੀਵ ਕੀਤਾ ਜਿਵੇਂ ਕਿ ਆਪਣੇ 40s ਦੇ ਵਿੱਚ ਉਹ ਮੈਕਨਜ਼ੀ ਜਿਹੜੀ ਵਰਲਡ ਦੀ ਜਿਹੜੀ ਮੋਸਟ ਪ੍ਰੈਸਟੀਜੀਅਸ ਕੰਸਲਟਿੰਗ ਫਰਮ ਆ ਉਹਦਾ ਸੀਈਓ ਬਣਿਆ ਸੀਗਾ ਮੈਕਨਜ਼ੀ ਦਾ 2007 ਵਿੱਚ ਉਹ ਰਟਾਇਰ ਹੋ ਗਿਆ ਤੇ ਉਦੋਂ ਉਹ ਨੂੰ ਯੂਨਾਈਟਿਡ ਸਟੇਟਸ ਯੂਨਾਈਟਿਡ ਨੇਸ਼ਨਸ ਤੇ ਵਰਲਡ ਇਕਨੋਮਿਕ ਫੋਰਮ ਵਿੱਚ ਬੜੀ ਵਧੀਆ ਉਹਨੂੰ ਪੋਜੀਸ਼ਨ ਮਿਲੀ ਸੀਗੀ ਬਿਲ ਗੇਟਸ ਦੇ ਨਾਲ ਉਹ ਫਿਲੈਂਦਰੋਪਿਕ ਕੰਮਾਂ ਦੇ ਵਿੱਚ ਉਹਨੇ ਬਹੁਤ ਸਹਾਇਕ ਦਿੱਤਾ ਸੀ ਬਿਲ ਗੇਟਸ ਦੇ ਨਾਲ ਤੇ ਵੱਡੀਆਂ-ਵੱਡੀਆਂ ਪੰਜ ਪਬਲਿਕ ਕੰਪਨੀਆਂ ਦੇ ਉਹ ਬੋਰਡ ਆਫ ਡਾਇਰੈਕਟਰ ਵਿੱਚ ਰਹਿੰਦਾ ਸੀਗਾ ਮਤਲਬ ਕਲਕੱਤਾ ਦੇ ਕੰਨੇ ਝੁੱਗੀਾਂ ਚੋਂ ਪੜੀ ਤੋਂ ਪੈਦਾ ਹੋ ਕੇ ਉਸ ਬੰਦੇ ਨੇ ਇਸ ਲੈਵਲ ਤੱਕ ਅਚੀਵਮੈਂਟ ਕੀਤੀ ਸੀਗੀ ਜਦੋਂ 2008 ਦੇ ਵਿੱਚ ਉਹਦੀ ਜਿਹੜੀ ਵੈਲਥ ਆ ਉਹਨੂੰ ਕੈਲਕੂਲੇਟ ਕੀਤਾ ਗਿਆ ਤਾਂ ਉਹ ਨਿਕਲ ਗਿਆ ਕਿ 100 ਮਿਲੀਅਨ ਡਾਲਰ ਉਹਦੀ ਵੈਲਥ ਹੈਗੀ ਆ 2008 ਦੇ ਵਿੱਚ ਪਰ ਮਸਲਾ ਕੀ ਸੀ ਕਿ ਹੁਣ ਉਹ ਕਿੰਨੇ ਜਿਹੜੀ ਉਹ ਵੈਲਥ ਸੀ ਨਾ 100 ਮਿਲੀਅਨ ਜਿਹਦਾ 5% ਵੀ ਉਹ ਸਾਲਾਨਾ ਰਿਟਰਨ ਉਹਨੂੰ ਮਿਲੀ ਜਾਵੇ ਘਰੇ ਮਤਲਬ ਕੁਝ ਨਾ ਕਰੇ ਸਿਰਫ 5% ਰਿਟਰਨ ਹੀ ਉਹਨੂੰ ਮਿਲੀ ਜਾਵੇ ਜਿਹੜੀ ਲੈਣੀ ਕੋਈ ਵੱਡੇ ਨਹੀਂ ਬਹੁਤ ਆਸਾਨ ਆ 5% ਰਿਟਰਨ ਲੈਣੀ ਤਾਂ ਉਹ ਦਿੱਲੀ ਹਰ ਰੋਜ਼ 24 ਘੰਟੇ ਮਤਲਬ ਉਹਨੂੰ ਜਿਹੜੀ ਕੰਟੀਨਿਊਸਲੀ ਉਹਦੀ ਇਨਕਮ ਹੋਊਗੀ ਨਾ 600 ਡਾਲਰ ਪਰ ਆਵਰ ਦੀ ਇਨਕਮ ਹੋਊਗੀ ਜੋ 5% ਵੀ ਲਈ ਜਾਵੇ ਜਿਹੜੀ ਬਿਲਕੁਲ ਵੀ ਔਖੀ ਨਹੀਂ ਹੈਗੀ ਤਾਂ ਪਰ ਜਿਹੜਾ ਕੀ ਬੋਲਦੇ ਆ ਰਜਿਤ ਗੁਪਤਾ ਸੀ ਉਹ ਸੈਂਟਮਲੇ ਨਹੀਂ ਰਹੀ ਨਹੀਂ ਬਣਿਆ ਰਹਿਣਾ ਚਾਹੁੰਦਾ ਸੀ ਉਹ ਹੋਰ ਕਹਿੰਦਾ ਸੀ ਕਿ ਹੋਰ ਮਿਲੇ ਹੋਰ ਚਾਹੁੰਦਾ ਸੀ ਉਹ ਚਾਹੁੰਦਾ ਸੀ ਬਿਲੀਨੀਅਰ ਬੰਨਾ ਤੇ ਹੁਣ ਹੋਇਆ ਕਿ 골ਡ ਬਿਲੀਨੀਅਰ ਬੰਨ ਦਾ ਉਹਦਾ ਸਫਰ ਉਹਦੇ ਵਿੱਚ ਹੋਇਆ ਕਿ ਸੀਗਾ ਇੱਕ 골ਡਮੈਨ ਸੈਚ ਕਰਕੇ ਬੈਂਕ ਹੈਗੀ ਆ ਤੇ ਉਹਦੇ ਵਿੱਚ ਨਾ ਉਹਦੇ ਬੋਰਡ ਆਫ ਡਾਇਰੈਕਟਰ ਵਿੱਚ ਸੀ ਉਹ ਤੇ ਜਦੋਂ 2008 ਦੀ ਮੰਦੀ ਆਈ ਸਾਰੀ ਦੁਨੀਆ ਦੇ ਵਿੱਚ ਫਾਈਨੈਂਸ਼ੀਅਲ ਕਰਾਈਸਿਸ ਆਇਆ ਤਾਂ ਉਹ ਜਿਹੜੀ 골ਡਮੈਨ ਸੈਚ ਸੀ ਉਹ ਜਿਹੜੀ ਬੈਂਕ ਸੀ ਉਹ ਵੀ ਬਸ ਉਹ ਡੁੱਬਣ ਦੇ ਇੱਕ ਗਾਰ ਤੇ ਆ ਗਈ ਸੀ ਬਹੁਤ ਬੁਰਾ ਹਾਲ ਸੀ ਜਦੋਂ ਇਹ ਗੱਲ ਹੋਈ ਤਾਂ ਫਿਰ ਐਂਟਰੀ ਹੁੰਦੀ ਮਹਾਮਹੀਮ ਵਾਰਨ ਬਫੇ ਜੀ ਦੀ ਉਹ ਆਏ ਤੇ ਕਹਿੰਦੇ ਵੀ ਇਸ ਬੈਂਕ ਨੂੰ ਬਚਾਉਣ ਦੇ ਲਈ ਉਹ 5 ਬਿਲੀਅਨ ਡਾਲਰ ਦੀ ਇਹਦੇ ਵਿੱਚ ਇਨਵੈਸਟਮੈਂਟ ਕਰਨਗੇ ਹੁਣ ਗੁਪਤਾ ਜਿਹੜਾ ਸੀ ਰਜਤ ਗੁਪਤਾ ਉਹ ਸੀ ਬੋਰਡ ਆਫ ਡਾਇਰੈਕਟਰ ਕੰਪਨੀ ਦਾ ਤੇ ਪਬਲਿਕ ਕੋਲੇ ਇਹ ਖਬਰ ਪਹੁੰਚਣ ਤੋਂ ਪਹਿਲਾਂ ਆਬਵੀਅਸ ਆ ਕਿ ਉਹਦੇ ਕੋਲ ਖਬਰ ਆ ਗਈ ਜਦੋਂ ਉਹਦੇ ਖਬਰ ਉਹਦੇ ਕੋਲ ਖਬਰ ਆਈ ਤਾਂ ਆਬਵੀਅਸ ਸੀ ਇਹ ਹੈ ਮਤਲਬ ਸ਼ੋਰ ਸੀ ਕਿ ਜੇ ਬਫੇਟ ਸਾਹਿਬ ਉਹਦੇ ਵਿੱਚ ਇਨਵੈਸਟ ਕਰਨਗੇ ਤਾਂ ਕੰਪਨੀ ਦਾ ਜਿਹੜਾ ਸਟਾਕ ਆ ਉਹ ਉੱਪਰ ਜਾਊਗਾ ਹੀ ਜਾਊਗਾ ਰਜਤ ਨੇ ਕੀ ਕੀਤਾ ਆਪਣੇ ਦੋਸਤ ਨੂੰ ਫੋਨ ਕੀਤਾ ਹੈਜ ਫੰਡ ਮੈਨੇਜਰ ਆ ਜਿਹੜਾ ਉਹਦਾ ਨਾਮ ਹੈਗਾ ਰਾਜ ਰਾਜ ਰਾਜਾ ਰਤਨਮ ਰਾਜ ਨੂੰ ਲਾਇਆ ਹੁਣ ਰਾਜਾ ਰਤਨਮ ਨੂੰ ਤੇ ਉਹਨੂੰ ਕਿਹਾ ਕਿ 1,75,000 ਸ਼ੇਅਰ ਜਿਹੜੇ ਉਹ ਬਾਏ ਕਰ ਲਾ ਹੁਣ ਸੋਚ ਲਓ ਕੀ ਗੱਲ ਹੋਈ ਹੋਣੀ ਉਹਦੇ ਵਿੱਚ ਉਹਨਾਂ ਦੇ ਆਪਸ ਵਿੱਚ ਇਹ ਇਹ ਤੁਸੀਂ ਆਪ ਹੀ ਸਮਝ ਸਕਦੇ ਹੋ 1,75,000 ਸ਼ੇਅਰ ਬਾਏ ਕੀਤੇ ਜਦੋਂ ਗੱਲ ਪਬਲਿਕ ਵਿੱਚ ਪਹੁੰਚੀ ਤੇ ਸਟਾਕ ਆ ਜਿਹੜਾ ਸਟਾਕ ਪ੍ਰਾਈਸ ਉੱਪਰ ਗਿਆ ਤੇ ਰਜਤ ਜਿਹੜਾ ਕੀ ਜਦਣਾ ਰਾਜਾ ਰਤਨਮ ਆਣਾ ਉਹਨੇ 1 ਮਿਲੀਅਨ ਡਾਲਰ ਐਦਾਂ ਬਣਾ ਲਏ ਉਸ ਸਮੇਂ ਤੇ ਏ ਕਹਿੰਦੇ ਵੀ ਇੱਕ ਹੀ ਐਗਜ਼ਾਮਪਲ ਆ ਜਿਹੜਾ ਗੁਪਤਾ ਹੈ ਨਾ ਇਸ ਤੋਂ ਪਹਿਲਾਂ ਉਹਨੇ ਇਨਸਾਈਡਰ ਟਰੇਡਿੰਗ ਦੇ ਵਿੱਚ 17 ਮਿਲੀਅਨ ਪ੍ਰੋਫਿਟ ਬਣਾ ਲਿਆ ਸੀਗਾ ਇਸ ਤੋਂ ਪਹਿਲਾਂ ਅੱਜ ਤੱਕ ਮਤਲਬ ਜਦੋਂ ਬਾਅਦ ਵਿੱਚ ਇਹਦੇ ਬਾਰੇ ਖਬਰ ਹਾਈ ਐਸਈਸੀ ਕਰਕੇ ਹੈਗੀ ਉੱਥੇ ਜਿਵੇਂ ਆਪਣੇ ਸੇਬੀ ਹੈ ਨਾ ਅਮਰੀਕਾ ਦੇ ਵਿੱਚ ਐਸਈਸੀ ਹੈਗੀ ਆ ਸਕਿਉਰਿਟੀ ਐਂਡ ਐਕਸਚੇਂਜ ਕੰਟਰੋਲ ਕਮਿਸ਼ਨ ਦਾ ਜੇ ਕਰਕੇ ਨਾਮ ਮੈਨੂੰ ਪੂਰਾ ਪਤਾ ਨਹੀਂ ਤੇ ਉਸਨੇ ਕਲੇਮ ਕੀਤਾ ਕਿ 17 ਮਿਲੀਅਨ ਪ੍ਰੋਫਿਟ ਉਹਨੇ ਇਦਾਂ ਕੱਢ ਲਿਆ ਇਨਸਾਈਡਰ ਟਰੇਡਿੰਗ ਦਾ ਕੇਸ ਹੈਗਾ ਬਹੁਤ ਕਲਾਸਿਕ ਕੇਸ ਮੰਨਿਆ ਜਾਂਦਾ ਹੈ ਇਹ ਫਿਰ ਕੀ ਹੋਇਆ ਜਿਹੜਾ ਰਾਜ ਰਾਜੇਦ ਗੁਪਤਾ ਸੀ ਤੇ ਰਾਜਾ ਰਤਨਮ ਸੀ ਦੋਨਾਂ ਨੂੰ ਜੇਲ੍ਹ ਹੋਈ ਇਨਸਾਈਡਰ ਟਰੇਡਿੰਗ ਦੇ ਚੱਕਰ ਵਿੱਚ ਤੇ ਉਹਨਾਂ ਦਾ ਜਿਹੜਾ ਕਰੀਅਰ ਆ ਤੇ ਰੈਪਿਊਟੇਸ਼ਨ ਆ ਉਹ ਖਤਮ ਹੋ ਗਿਆ ਹੁਣ ਜੇ ਤੁਹਾਨੂੰ ਇਨਸਾਈਡਰ ਟਰੇਡਿੰਗ ਦਾ ਪਤਾ ਹੈ ਤਾਂ ਕਮੈਂਟ ਵਿੱਚ ਦੱਸੋ ਜੇ ਨਹੀਂ ਪਤਾ ਤਾਂ ਉਹ ਵੀ ਕਮੈਂਟ ਵਿੱਚ ਦੱਸੋ ਆਪਾਂ ਇਨਸਾਈਡਰ ਟਰੇਡਿੰਗ ਦੇ ਬਾਰੇ ਵੀ ਇੱਕ ਵੀਡੀਓ ਬਣਾਵਾਂਗੇ ਠੀਕ ਆ ਤਾਂ ਇੱਥੇ ਦੇਖੋ ਸਿੱਖਣ ਵਾਲੀ ਚੀਜ਼ ਕਿਹੜੀ ਆ ਸਿੱਖਣ ਵਾਲੀ ਚੀਜ਼ ਹੈਗੀ ਇਨਫ ਵੀ ਆਪਣੇ ਕੋਲ ਇਨਫ ਹੁਣ ਬਹੁਤ ਜ਼ਰੂਰੀ ਆਪ ਨੂੰ ਪਤਾ ਹੋਣਾ ਚਾਹੀਦਾ ਕਿ ਯਾਰ ਇੰਨਾ ਕੁ ਪੈਸਾ ਮੇਰੇ ਲਈ ਠੀਕ ਆ ਨਹੀਂ ਜੇ ਆਪਣੇ ਆਪ ਨੂੰ ਪਤਾ ਨਹੀਂ ਨਾ ਮੈਨੂੰ ਆਪਣੀ ਜ਼ਿੰਦਗੀ ਜਿਉਣ ਦੇ ਲਈ ਕਿੰਨਾ ਪੈਸਾ ਚਾਹੀਦਾ ਤਾਂ ਆਪਾਂ ਸਾਰੀ ਉਮਰ ਕੰਮ ਕਰਦੇ ਰਹਾਂਗੇ ਉਹ ਜਿੰਨਾ ਟਾਈਮ ਕਿਸੇ ਬੰਦੇ ਨੂੰ ਇਹ ਹੀ ਨਹੀਂ ਪਤਾ ਯਾਰ ਬਹੁਤ ਆ ਹੁਣ ਇੰਨਾ ਬਹੁਤ ਆ ਹੁਣ ਬਫੇਟ ਸਾਹਿਬ ਤਾਂ ਇੱਥੇ ਇੱਕ ਹੋਰ ਵੀ ਕੋਟ ਕਹਿੰਦੇ ਆ ਕਹਿੰਦੇ ਥੇਰ ਇਜ਼ ਨੋ ਰੀਜ਼ਨ ਟੂ ਰਿਸਕ ਵਾਟ ਯੂ ਹੈਵ ਐਂਡ ਨੀਡ ਫਾਰ ਵਾਟ ਯੂ ਡੋਨਟ ਹੈਵ ਐਂਡ ਡੋਨਟ ਨੀਡ ਹੁਣ ਉੱਥੇ ਉਹ ਗੱਲ ਕਹਿੰਦੇ ਸੀ ਜੇ ਉਹ 5% ਵਿੱਚ ਤੇ ਇੰਟਰਸਟ ਲੈਂਦਾ ਰਹੇ ਨਾ ਸਲਾਨਾ ਤੇ 600 ਡਾਲਰ ਪ੍ਰਤੀ ਆਵਰ ਉਹਨੂੰ ਬੰਨਨੇ ਸੀਗੇ ਜਿਹੜੇ ਕਿ ਇੱਕ ਡੀਸੈਂਟ ਅਮਾਉਂਟ ਹੈਗੀ ਬਹੁਤ ਵਧੀਆ ਇਨਕਮ ਹੈਗੀ ਹਰ ਘੰਟੇ ਦਾ 600 ਡਾਲਰ ਪਰ ਉਹਨੂੰ ਹੋਰ ਚਾਹੀਦਾ ਸੀ ਹੋਰ 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 ਦੇ ਚੱਕਰ ਵਿੱਚ ਉਹਨੇ ਆ ਜਿਹੜੀ ਰੈਪਿਊਟੇਸ਼ਨ ਆ ਉਹ ਸਾਰੇ ਖਤਮ ਕਰ ਲਈ ਤਾਂ ਇੱਥੋਂ ਕਹਿੰਦੇ ਵੀ ਆਪਣਾ ਜਿਹੜਾ ਮਾਰਗਨ ਹਾਊਸ ਵਾਲਾ ਉਹ ਕਹਿੰਦੇ ਇੱਥੇ ਕਹਿੰਦੇ ਜੇ ਤੁਸੀਂ ਇਹ ਬੁੱਕ ਪੜ ਰਹੇ ਹੋ ਤੇ ਜੇ ਤੁਸੀਂ ਇਸ ਲੈਵਲ ਤੇ ਹੈਗੇ ਹੋ ਵੀ ਜੇ ਤੁਹਾਨੂੰ ਪਤਾ ਵੀ ਮੇਰੇ ਕੋਲ ਇੰਨੇ ਕ ਪੈਸੇ ਹੈਗੇ ਆ ਵੀ ਜਿਹੜੇ ਮੇਰੀ ਜ਼ਿੰਦਗੀ ਜਿਉਣ ਲਈ ਕਾਫੀ ਨੇ ਇਤਿਹਾਜੇ ਤੁਸੀਂ ਉਹ ਕਹਿੰਦੇ ਮੈਂ ਵਿਸ਼ ਕਰਦਾ ਕਿ ਤੁਸੀਂ ਉਸ ਲੈਵਲ ਤੇ ਪਹੁੰਚੋ ਤਾਂ ਤੁਹਾਨੂੰ ਕੁਝ ਕੁ ਚੀਜ਼ਾਂ ਜਿਹੜੀਆਂ ਹੈਗਾਂ ਏ ਉਹ ਧਿਆਨ ਚ ਰੱਖਣੀਆਂ ਪੈਣਗੀਆਂ ਪਹਿਲਾ ਦੀ ਹਾਰਡੇਸਟ ਫਾਈਨੈਂਸ਼ੀਅਲ ਸਕਿਲ ਇਜ਼ ਗੈਟਿੰਗ ਦਾ ਗੋਲ ਪੋਸਟ ਟੂ ਸਟਾਪ ਮੂਵਿੰਗ ਕਿ ਜਿਹੜੀ ਸਭ ਤੋਂ ਔਖੀ ਫਾਈਨੈਂਸ਼ੀਅਲ ਸਕਿਲ ਆ ਨਾ ਉਹ ਇਹੋ ਜਿਹਾ ਗੋਲ ਪੋਸਟ ਲੈਣਾ ਉਸ ਲੈਵਲ ਤੱਕ ਪਹੁੰਚਣਾ ਜਿੱਥੇ ਆਪਾਂ ਨੂੰ ਪਤਾ ਕਿ ਆਪਾਂ ਅੱਗੇ ਵਧਣ ਦੀ ਵਾਲੀ ਲੋੜ ਨਹੀਂ ਵਾਲੀ ਹੋੜ ਵਿੱਚ ਪੈਣ ਦੀ ਲੋੜ ਨਹੀਂ ਉਸ ਉਸ ਲੈਵਲ ਤੱਕ ਪਹੁੰਚਣੀ ਜਿਹੜੀ ਸਭ ਤੋਂ ਔਖੀ ਸਕਿਲ ਹੈਗੀ ਆ ਹੁਣ ਜਦੋਂ ਆਪਾਂ ਨੂੰ ਹੋਰ ਪੈਸਾ ਹੋਰ ਪਾਵਰ ਹੋਰ ਮਣੀ ਹੋਰ ਅੰਬੀਸ਼ਸ ਇਹਦੇ ਇਹਦੇ ਵਿੱਚ ਆਪਾਂ ਚੀਜ਼ਾਂ ਵਿੱਚ ਭੱਜੇ ਰਹਿੰਦੇ ਆ ਨਾ ਤਾਂ ਇੱਕ ਥਾਂ ਤੇ ਆ ਕੇ ਆਪ ਨੂੰ ਸੈਟੀਸਫੈਕਸ਼ਨ ਜਿਹੜੀ ਉਹ ਮਰਨ ਲੱਗ ਜਾਂਦੀ ਆ ਤੇ ਆਪਾਂ ਸਿਰਫ ਕੀ ਆ ਹੋਰ ਦੇ ਚੱਕਰ ਵਿੱਚ ਭੱਜੇ ਜਾਂਦੇ ਰਹਿੰਦੇ ਆ ਦੂਸਰਾ ਕੀ ਆ ਜਿਹੜਾ ਬਹੁਤ ਜ਼ਰੂਰੀ ਜਿਹੜਾ ਅੱਜ ਦੀ ਲਾਈਫ ਵਿੱਚ ਤਾਂ ਬਹੁਤ ਹੀ ਜ਼ਿਆਦੇ ਹੈਗੀ ਆ ਚੀਜ਼ ਸੋਸ਼ਲ ਕੰਪੈਰੀ ਸੋਸ਼ਲ ਕੰਪੈਰੀਸ਼ਨ ਇਜ਼ ਦ ਪ੍ਰੋਬਲਮ ਹੇਅਰ ਸੋਸ਼ਲ ਕੰਪੈਰੀਸ਼ਨ ਕਰਨਾ ਤਾਂ ਸਭ ਤੋਂ ਹੀ ਜਿਹੜੀ ਹੈਗੀ ਨਾ ਔਖੀ ਅੱਜ ਦੀ ਡੇਟ ਵਿੱਚ ਬੜੀ ਖਰਾਬ ਚੀਜ਼ ਹੋ ਚੁੱਕੀ ਆ ਕਿਵੇਂ ਹਣ ਦੇਖੋ ਜੇ ਆਪਾਂ ਕੋਈ ਬੰਦਾ ਪ੍ਰਾਈਵੇਟ ਜੌਬ ਕਰਦਾ ਪ੍ਰਾਈਵੇਟ ਜੌਬ ਵਾਲੇ ਨੂੰ ਲੱਗਦਾ ਏ ਕਿ ਯਾਰ ਵੀ ਜਿਹੜਾ ਸਰਕਾਰੀ ਜੌਬ ਵਾਲਾ ਏ ਉਹ ਜਿਆਦਾ ਇੱਕ ਮੁੰਡਾ ਉਹ ਉਸ ਹਿਸਾਬ ਨਾਲ ਉਹਦੀ ਹੋੜ ਵਿੱਚ ਉਹ ਹੋਰ ਹੋਰ ਦੇ ਚੱਕਰ ਵਿੱਚ ਜਿਹੜਾ ਸੋਸ਼ਲ ਕੰਪੈਰੀਜ਼ਨ ਦੇ ਵੇ ਹੋਵੇ ਉਸ ਲੈਵਲ ਤੱਕ ਮੈਂ ਪਹੁੰਚਣਾ ਸਰਕਾਰੀ ਨੌਕਰੀ ਵਾਲਾ ਮਤਲਬ ਦੇਖਦਾ ਕਿ ਯਾਰ ਕੋਈ ਜਿਹੜਾ ਕੋਈ ਡਾਕਟਰ ਆ ਜਾਂ ਕੋਈ ਵਕੀਲ ਆ ਹਨਾ ਉਸ ਤੋਂ ਵੀ ਜ਼ਿਆਦੇ ਪੈਸੇ ਕਮਾਈ ਜਾਂਦਾ ਮਤਲਬ ਉਹਦੇ ਲਈ ਉਹ ਉਸ ਲੈਵਲ ਉਹ ਲੈਵਲ ਵੱਡਾ ਹੋ ਗਿਆ ਹੁਣ ਜੇ ਕੋਈ ਐਡਵੋਕੇਟ ਜਾਂ ਕੋਈ ਡਾਕਟਰ ਉਹ ਦੇਖਦਾ ਵੀ ਬਿਜ਼ਨਸਮੈਨ ਮੇਰੇ ਤੋਂ ਵੱਧ ਕਮਾਈ ਜਾਂਦਾ ਬਿਜ਼ਨਸਮੈਨ ਆਪ ਦੇ ਵੱਡੇ ਤੋਂ ਬਿਜ਼ਨਸਮੈਨ ਦੇਖਦਾ ਉਸ ਤੋਂ ਵੱਡੇ ਕੋਈ ਸੀਈਓ ਆ ਜਾਂਦੇ ਕੰਪਨੀਆਂ ਦੇ ਉਸ ਤੋਂ ਵੱਡੇ ਆ ਜਾਂਦੇ ਜਿਹੜੇ ਕੰਪਨੀਆਂ ਦੇ ਖੁਦ ਹੀ ਮਾਲਕ ਹਨ ਮਤਲਬ ਕਿ ਚਲੋ ਜਿਵੇਂ ਮੁਕੇਸ਼ ਅੰਬਾਨੀ ਸਾਹਿਬ ਹਨ ਉਹ ਇਹਨਾਂ ਦਾ ਦੇਖੋ ਸੱਤ ਦੁਨੀਆ ਦਾ ਸਭ ਤੋਂ ਮਹਿੰਗਾ ਘਾਰੀ ਉਹਨਾਂ ਦਾ ਹੈ ਹਣਾ ਤੇ ਜੇ ਹੁਣ ਕੰਪੈਰੀਜ਼ਨ ਹੀ ਦੇਖਣਾ ਆਈ ਤਾਂ ਹੁਣ ਜਿਹੜੇ ਉਹਨਾਂ ਤੋਂ ਘੱਟ ਹੋਣੇ ਫੋਰ ਐਗਜ਼ਾਮਪਲ ਉਹਨਾਂ ਤੋਂ ਥੋੜੇ ਜਿਹਾ ਘੱਟ ਲਾ ਲਓ ਇੰਡੀਆ ਦੇ ਵਿੱਚ ਕੋਟਕ ਬੈਂਕ ਦੇ ਮਾਲਕ ਆ ਜਿਹੜੇ ਉਦੇ ਕੋਟਕ ਹੁਣ ਉਹ ਸੋਚਣਗੇ ਯਾਰ ਮੈਂ ਇਹਦੇ ਵੱਡਾ ਘਰ ਬਣਾਣਾ ਉਦੋਂ ਨੂੰ ਮੁਕੇਸ਼ அம்பਾਨੀ ਜਹਾ ਅਦਾਨੀ ਸਾਹਿਬ ਹੁਣ ਜਿਹੜੇ ਉਸ ਤੋਂ ਵੀ ਉੱਪਰ ਹੋਗੇ ਉਹ ਉਦੋਂ ਵੱਡਾ ਘਰ ਬਣਾ ਲੈਣਗੇ ਤਾਂ ਕਿਨ ਜਿਹੜੀ ਸੋਸ਼ਲ ਕੰਪੈਰੀਜ਼ਨ ਦੀ ਸੀਲਿੰਗ ਹੈਣੀ ਹੈ ਨਾ ਜਿਹੜੀ ਛੱਤ ਆ ਉਹਨੂੰ ਪਹੁੰਚਣਾ ਉਹਨੂੰ ਉਹਦੇ ਤੱਕ ਪਹੁੰਚਣਾ ਬਹੁਤ ਔਖਾ ਏ ਉਹ ਤਾਂ ਨਹੀਂ ਪਹੁੰਚਿਆ ਜਾਣਾ ਹੁਣ ਇਸੇ ਲਈ ਹੀ ਕਹਿੰਦੇ ਕਿ ਉਹ ਕਹਿੰਦੇ ਉਸ ਉਸ ਜਿਹੜੀ ਸੀਲਿੰਗ ਆ ਉਸ ਛੱਤ ਨੂੰ ਨਹੀਂ ਹਿੱਟ ਕੀਤਾ ਜਾ ਸਕਦਾ ਪਾਰ ਨਹੀਂ ਕੀਤਾ ਜਾ ਸਕਦਾ ਤਾਂ ਕਹਿੰਦੇ ਇਹ ਇਹੋ ਜਿਹੀ ਜੰਗ ਆ ਜਿਹਦੇ ਵਿੱਚ ਜਿੱਤਣ ਦਾ ਇੱਕੋ ਇੱਕ ਤਰੀਕਾ ਹੈਗਾ ਏ ਕਿ ਇਹਨੂੰ ਲੜੋ ਹੀ ਨਾ ਜਿਵੇਂ ਕਹਿੰਦੇ ਵੀ ਤੇ ਇਹਨੂੰ ਐਕਸੈਪਟ ਕਰ ਲਓ ਕਿ ਜਿੰਨਾ ਤੁਹਾਡੇ ਕੋਲ ਹੈਗਾ ਉਹ ਤੁਹਾਡੇ ਲਈ ਇਨਫ ਆ ਜਾਂ ਉਸ ਲੈਵਲ ਤੱਕ ਪਹੁੰਚੋ ਜਦੋਂ ਤੁਹਾਨੂੰ ਪਤਾ ਵੀ ਇੰਨਾ ਮੇਰੇ ਲਈ ਇਨਫ ਆ ਤੁਹਾਨੂੰ ਉਸ ਚੀਜ਼ ਦਾ ਪਤਾ ਹੋਣਾ ਚਾਹੀਦਾ ਜਿਵੇਂ ਕਹਿੰਦੇ ਆ ਕਿ ਜੇ ਕਸੀਨੋ ਦੇ ਵਿੱਚ ਜਿੱਤਣਾ ਹੈ ਨਾ ਕਿਸੇ ਨਾ ਵਿੱਚੋਂ ਜਿੱਤ ਕੇ ਨਿਕਲਣਾ ਇੱਕੋ ਇੱਕ ਤਰੀਕਾ ਹੈ ਵੱੜਦੇ ਸਾਰ ਹੀ ਬਾਹਰ ਨਿਕਲ ਜਾਓ ਵੀ ਕਿਸੇ ਨੋ ਵਿੱਚ ਤਾਂ ਦਿੱਤਣਾ ਹੈ ਅਗਲੀ ਜਿਹੜੀ ਹੈਗੀ ਆ ਇਹ ਚ ਲਰਨਿੰਗ ਦਿੱਤੀ ਗਈ ਇਨਫ ਇਜ਼ ਨਾਟ ਟੂ ਲिटल ਹੁਣ ਇੱਥੇ ਬਹੁਤੇ ਲੋਕਾਂ ਨੂੰ ਇਹ ਹੋਊਗਾ ਕਿ ਯਾਰ ਜੇ ਆਪਾਂ ਕਹਿੰਦੇ ਸੰਤੁਸ਼ਟ ਹੋ ਜਾਓ ਤੇ ਫਿਰ ਤਾਂ ਗ੍ਰੋਥ ਰੁਕ ਜਾਓ ਇਸ ਗੱਲ ਨਾਲ ਮੈਂ 100% ਸਹਿਮਤ ਆ ਵੀ ਬੰਦੇ ਨੂੰ ਸੰਤੁਸ਼ਟ ਨਹੀਂ ਹੋਣਾ ਚਾਹੀਦਾ ਪਰ ਕਦੋਂ ਸੰਤੁਸ਼ਟ ਹੋਣਾ ਕਦੋਂ ਚਾਹੀਦਾ ਜਦੋਂ ਆਪਣੇ ਕੋਲ ਇੰਨੇ ਕ ਪੈਸੇ ਹੈਗੇ ਆ ਜਾਂ ਇੰਨੀ ਕ ਆਪਣੀ ਵੈਲਥ ਹੈਗੀ ਆ ਕਿ ਜਦੋਂ ਮੈਨੂੰ ਸਿਰਫ ਪੈਸਿਆਂ ਲਈ ਕੰਮ ਨਾ ਕਰਨਾ ਪਵੇ ਇੱਥੇ ਇਨਫ ਦੀ ਗੱਲ ਹੋ ਹੈ ਕਿ ਸਿਰਫ ਪੈਸਿਆਂ ਲਈ ਕੰਮ ਨਾ ਕੀਤਾ ਜਾਵੇ ਨਹੀਂ ਹੁਣ ਤੁਹਾਨੂੰ ਕੀ ਲੱਗਦਾ ਮੁਕੇਸ਼ ਅੰਬਾਨੀ ਸਾਹਿਬ ਆ ਜਾਂ ਅਡਾਨੀ ਆ ਜਾਂ ਕੋਈ ਟਾਟਾ ਹੈਗੇ ਆ ਉਹਨਾਂ ਕੋਲ ਕੀ ਇੰਨਾ ਪੈਸਾ ਹੈ ਨਹੀਂ ਵੀ ਘਰੇ ਬੈਠੇ ਕਰਤੀ ਜਾਣ ਹੁਣ ਉਹਨਾਂ ਦਾ ਲੈਵਲ ਆਫ ਪਹੁੰਚ ਗਿਆ ਪੈਸੇ ਲਈ ਨਹੀਂ ਕੰਮ ਕਰ ਰਹੇ ਉਹਨਾਂ ਉਹਨਾਂ ਦੀ ਜਿਹੜੀ ਅੰਬੀਸ਼ਿਅਸ ਆ ਉਹ ਹੋਰ ਹੋ ਚੁੱਕੀ ਆ ਉਹਨਾਂ ਲਈ ਸਿਰਫ ਪੈਸੇ ਮੋਟਿਵ ਜਿਹੜਾ ਉਹਨਾਂ ਦਾ ਬਹੁਤ ਕੰਮ ਉਹਨਾਂ ਨੂੰ ਦੇਖੋ ਕਿੰਨੇ ਲੋਕ ਜੁੜੇ ਆ ਕਿੰਨੇ ਲੋਕਾਂ ਦੀ ਜ਼ਿੰਦਗੀ ਵਿੱਚ ਉਹ ਵੈਲਿਊ ਐਡ ਕਰ ਰਹੇ ਕਿੰਨੇ ਲੋਕਾਂ ਨੂੰ ਉਹ ਰੁਜ਼ਗਾਰ ਦੇਈ ਜਾ ਰਹੇ ਉਹਨਾਂ ਦੇ ਮੋਟਿਵ ਉੱਥੇ ਉਹ ਹੋ ਜਾਂਦੇ ਆ ਜ਼ਰੂਰੀ ਨਹੀਂ ਕਿ ਉਹਨਾਂ ਨੇ ਇਕੱਲੇ ਪੈਸੇ ਲਈ ਹੀ ਕੰਮ ਕਰਨਾ ਹੈ ਉੱਥੇ ਇਨਫ ਦੀ ਸੈਂਸ ਹੋਣੀ ਜਿਹੜੀ ਇਨਫ ਦੇ ਇਦਾਂ ਮਤਲਬ ਕਹਿੰਦੇ ਇੱਥੇ ਇਹ ਹੈ ਕਿ ਤੁਸੀਂ ਸਿਰਫ ਭੱਜੇ ਨਾ ਫਿਰੋ ਹੁਣ ਕਿਉਂਕਿ ਬਹੁਤੇ ਲੋਕ ਇੱਥੇ ਇਨਫ ਨੂੰ ਬਹੁਤ ਕੰਜ਼ਰਵੇਟਿਵ ਵੀ ਲੈ ਜਾਣਗੇ ਤੇ ਜਾਂ ਸੋਚਣਗੇ ਜਿਹੜੇ ਆਪਰਚੂਨਿਟੀ ਜਿਹੜਾ ਉਹਨਾਂ ਨੂੰ ਜ਼ਿੰਦਗੀ ਦੇ ਵਿੱਚ ਆਪਰਚੂਨਿਟੀਆਂ ਮਿਲਣਗੀਆਂ ਉਹਨਾਂ ਨੂੰ ਨਾ ਪਛਾਣਨਾ ਜਾਂ ਉਹਨਾਂ ਨੂੰ ਨਾ ਲੈਣਾ ਇੱਥੇ ਇਹ ਨਹੀਂ ਹੈਗਾ ਇਨਫ ਦਾ ਮਤਲਬ ਹੈਗਾ ਇਹ ਕਿ ਇਹ ਇਸ ਇਨਫ ਦਾ ਮਤਲਬ ਇਹ ਪਛਾਣਨਾ ਹੈ ਕਿ ਜੇ ਇਹ ਇਹ ਜਿਹੜਾ ਮੈਂ ਸਟੈਪ ਚੱਕ ਰਿਹਾ ਹਾਂ ਇਹਦਾ ਉਲਟਾ ਜੇ ਹੋ ਜਾਵੇ ਤਾਂ ਮੈਨੂੰ ਕਿਤੇ ਪਛਤਾਵਾ ਤਾਂ ਨਹੀਂ ਹੋਊਗਾ ਅਸਟੈਪ ਤੇ ਇਨਫ ਦਾ ਮਤਲਬ ਇਹ ਹੀ ਆ ਇੱਥੇ ਜਿਹੜਾ ਦੱਸਣਾ ਚਾਹੁੰਦੇ ਆ ਸ਼ਾਹਰੂਖ ਖਾਨ ਦਾ ਇੱਕ ਬਹੁਤ ਵੱਡਾ ਕੋਟ ਆ ਕਿ ਜਿਹੜਾ ਕਹਿੰਦੇ ਸੈਟੀਸਫੈਕਸ਼ਨ ਆ ਉਹ ਦੁਨੀਆ ਦਾ ਸਭ ਤੋਂ ਘਟਿਆ ਵੱਡ ਸੈਟੀਸਫੈਕਸ਼ਨ ਆ ਪਰ ਉਹ ਸਮਝਣ ਦੀ ਇਹ ਲੋੜ ਆ ਕਿ ਜੇ ਤਾਂ ਹੁਣ ਜਿਵੇਂ ਹੁਣ ਰਜਤ ਗੁਪਤਾ ਹੈ ਉਹ ਚਾਹੁੰਦਾ ਤਾਂ ਉਹ ਸੈਟੀਸਫਾਈ ਹੋ ਸਕਦਾ ਸੀਗਾ ਦੀ ਪਾਈ ਮੇਰੇ ਕੋਲ ਜਿੰਨਾ ਹੈਗਾ ਬਹੁਤ ਹੈ ਮੇਰੀ ਇੱਕ ਬਹੁਤ ਵਧੀਆ ਰੈਪਿਊਟੇਸ਼ਨ ਹੈਗੀ ਹੈ ਮੇਰੇ ਕੋਲ ਚੰਗਾ ਪੈਸਾ ਹੈਗਾ ਮੈਂ ਵਧੀਆ ਉਹਦਾ ਕਰੀ ਜਾ ਰਿਹਾ ਜ਼ਿੰਦਗੀ ਦੇ ਵਿੱਚ ਪਰ ਉਹ ਕੀ ਆ ਉਹ ਸੈਟੀਸਫਾਈ ਨਹੀਂ ਸੀ ਜਿਹਦੇ ਕਰਕੇ ਉਹਨੇ ਇਹੋ ਜਿਹਾ ਸਟੈਪ ਚੱਕ ਲਿਆ ਜਿਸ ਨੇ ਸਭ ਕੁਝ ਖਤਮ ਕਰਤਾ ਹੁਣ ਸੈਟੀਸਫੈਕਸ਼ਨ ਨੂੰ ਇੱਥੇ ਇਸ ਤਰੀਕੇ ਨਾਲ ਲੈਣਾ ਹੈ ਕਿ ਉਹ ਉਹਨੇ ਕੋ ਤੁਹਾਡੇ ਕੋਲ ਹੁਣ ਜਿਹਦੇ ਨਾਲ ਤੁਹਾਡਾ ਜ਼ਿੰਦਗੀ ਵਧੀਆ ਚੱਲੇ ਤੇ ਤੁਹਾਨੂੰ ਪੈਸਾ ਜਿਹੜਾ ਕੰਮ ਆ ਜਿਹੜਾ ਪੈਸੇ ਸਿਰਫ ਪੈਸੇ ਲਈ ਨਾ ਕਰਨਾ ਪਵੇ ਉਸ ਲੈਵਲ ਤੱਕ ਪਹੁੰਚਣ ਨੂੰ ਇਨਫ ਕਹਿੰਦੇ ਆ ਅਗਲੀ ਲਰਨਿੰਗ ਜਿਹੜੀ ਹੈਗੀ ਚੌਥੀ ਲਰਨਿੰਗ ਕਹਿੰਦੇ देयर ਆ never worth risking no matter the potential gain ਜਿੰਨੀਆਂ ਮਰਜ਼ੀ ਉਹਦੇ ਵਿੱਚੋਂ ਜਿੰਨੀਆਂ ਮਰਜ਼ੀ ਚੀਜ਼ ਪ੍ਰਾਪਤੀ ਹੋਵੇ ਉਸ ਚੀਜ਼ ਵਿੱਚੋਂ ਕੁਝ ਚੀਜ਼ਾਂ ਇਹੋ ਜਿਗੀਆਂ ਹੈਗਾ ਜਿਨ੍ਹਾਂ ਤੇ ਰਿਸਕ ਨਹੀਂ ਲੈ ਜਾ ਸਕਦਾ ਹੁਣ ਜਦੋਂ ਇਹ ਰਜਤ ਗੁਪਤਾ ਨੇ ਨਾ ਨਿਊਯਾਰਕ ਨਿਊਯਾਰਕ ਟਾਈਮ ਨੂੰ ਨਾ ਇੱਕ ਇੰਟਰਵਿਊ ਦਿੱਤੀ ਜਦੋਂ ਉਹ ਰਿਲੀਜ਼ ਹੋ ਗਿਆ ਜੇਲ੍ਹ ਤੋਂ ਤੇ ਉਹਨੇ ਤਰਕ ਦਿੱਤਾ ਕਹਿੰਦਾ ਵੀ ਯਾਰ ਚੀਜ਼ਾਂ ਨਾਲ ਜ਼ਿਆਦਾ ਅਟੈਚ ਨਾ ਹੋਵੋ ਤੁਹਾਡੀ ਭਾਵੇਂ ਰੈਪਿਊਟੇਸ਼ਨ ਆ ਭਾਵੇਂ ਤੁਹਾਡੀਆਂ ਪ੍ਰਾਪਤੀਆਂ ਆ ਜਾਂ ਕੁਝ ਵੀ ਆ ਉਹਦੇ ਨਾਲ ਬੜਾ ਅਟੈਚ ਨਾ ਹੋਵੋ ਤੇ ਕਹਿੰਦਾ ਵੀ ਹੁਣ ਕਹਿੰਦਾ ਵੀ ਜਿਵੇਂ ਮੈਂ ਆਪਣੀ ਰੈਪਿਊਟੇਸ਼ਨ ਨਾਲ ਜ਼ਿਆਦਾ ਅਟੈਚ ਹੋ ਜਾਊਗਾ ਤਾਂ ਮੈਨੂੰ ਮੈਨੂੰ ਬੜਾ ਦੁੱਖ ਹੋਊਗਾ ਕਹਿੰਦਾ ਪਰ ਮੇਰੇ ਲਈ ਇੰਨੀ ਹੁਣ ਮਾਇਨੇ ਨਹੀਂ ਰੱਖਦੀ ਸੀ ਮੇਰੇ ਡਾ ਰੈਪਿਊਟੇਸ਼ਨ ਕੋਈ ਗੱਲ ਨਹੀਂ ਕਹਿੰਦਾ ਜਿਹੜਾ ਹੋ ਗਿਆ ਹੋਗਾ ਵੀ ਇੰਨਾ ਅਟੈਚ ਨਹੀਂ ਮੈਂ ਹੁੰਦਾ ਤੇ ਰਾਈਟਰ ਕਹਿੰਦਾ ਇਹ ਸਭ ਤੋਂ ਘਟੀਆ ਜਿਹੜੀ ਉਹਦੀ ਲਰਨਿੰਗ ਹੈਗੀ ਆ ਜਿਹੜੀ ਜਿਹੜੀ ਆਪਾਂ ਉਹਦੇ ਤੋਂ ਲੈ ਸਕਦੇ ਆ ਕਿਉਂ ਕਿਉਂਕਿ ਕਹਿੰਦਾ ਜਿਹੜਾ ਰੈਪਿਊਟੇਸ਼ਨ ਆ ਉਹ ਬੇਸ਼ਕੀਮਤੀ ਆ ਫਰੀडम ਤੇ ਇੰਡੀਪੈਂਡੈਂਸ ਆ ਜਿਹੜੀ ਉਹ ਬੇਸ਼ਕੀਮਤੀ ਆ ਫੈਮਿਲੀ ਤੇ ਫਰੈਂਡਸ ਆ ਉਹ ਬੇਸ਼ਕੀਮਤੀ ਆ ਬੀਇੰਗ ਲਵਡ ਬਾਈ ਦੋਜ਼ ਹੂ ਵਾਂਟ ਟੂ ਲਵ ਯੂ ਉਹ ਬੇਸ਼ਕੀਮਤੀ ਆ ਹੈਪੀਨੈਸ ਹੈਗੀ ਆ ਉਹ ਬੇਸ਼ਕੀਮਤੀ ਆ ਮਤਲਬ ਇਸ ਇੰਨਾ ਚੀਜ਼ਾਂ ਦੇ ਉੱਪਰ ਕੁਛ ਵੀ ਨਹੀਂ ਹੁਣੇ ਰਜੇਸ਼ ਗੁਪਤਾ ਆਪਦੇ ਆਪ ਨੂੰ ਜਸਟੀਫਾਈ ਕਰਨ ਲਈ ਕਹਿ ਰਿਹਾ ਜਾਂ ਮਨ ਨੂੰ ਤਸੱਲੀ ਦੇਣ ਲਈ ਕਹਿ ਰਿਹਾ ਏ ਕਿ ਯਾਰ ਕਿਸੇ ਚੀਜ਼ ਨਾਲ ਇੰਨਾ ਅਟੈਚ ਨਾ ਹੋਵੋ ਪਰ ਨਹੀਂ ਆ ਜਿਹੜੀਆਂ ਚੀਜ਼ਾਂ ਨੇ ਜਿਹੜੀ ਆ ਉਹਦੀ ਰੈਪਿਊਟੇਸ਼ਨ ਖਤਮ ਕਰ ਲਈ ਨਾ ਉਹਦਾ ਕੋਈ ਉਹਦਾ ਕੋਈ ਉਹਦਾ ਕੋਈ ਹੈ ਹੀ ਨਹੀਂ ਸੀ ਤੋੜ ਹੀ ਹੈ ਨਹੀਂ ਸੀਗਾ ਵੀ ਜਿਹੜੀ ਚੀਜ਼ ਦਾ ਉਹਨੇ ਸੈਕਰੀਫਾਈਜ਼ ਕਰਤਾ ਉਹਦੀ ਉਸ ਪੈਸੇ ਦੇ ਪਿੱਛੇ ਕਹਿੰਦੇ ਵੀ ਪੈਸਾ ਬਹੁਤ ਜ਼ਰੂਰੀ ਆ ਪਰ ਉਸ ਤੋਂ ਉੱਪਰ ਜਿਹੜੀ ਤੁਹਾਡੀ ਖੁਸ਼ੀਆਂ ਤੁਹਾਡੀ ਰੈਪਿਊਟੇਸ਼ਨ ਤੁਹਾਡੀ ਆਜ਼ਾਦੀ ਤੁਹਾਡੇ ਜਿਹਨਾਂ ਨੂੰ ਤੁਸੀਂ ਪਿਆਰ ਕਰਦੇ ਤੁਹਾਡੀ ਫੈਮਿਲੀ ਆ ਉਹਨਾਂ ਤੋਂ ਉੱਪਰ ਕੁਝ ਵੀ ਨਹੀਂ ਹੈਗਾ ਇਸ ਲਈ ਇਨਫ ਜਿਹੜਾ ਹੈਗਾ ਏ ਉਹ ਆਪਾਂ ਨੂੰ ਪਤਾ ਹੋਣਾ ਚਾਹੀਦਾ ਕਿ ਆਪਾਂ ਨੂੰ ਕਿੰਨਾ ਚਾਹੀਦਾ ਏ ਇੱਕ ਯੂਟਿਊਬਰ ਹੈਗੇ ਆ ਇਨਵੈਸਟਰ ਹੈਗੇ ਐਂਜਲ ਇਨਵੈਸਟਰ ਹੈਗੇ ਆ ਤੇ ਰਾਈਟਰ ਨੇ ਅੰਗੁਰਵਾਰੀ ਨੂੰ ਜੇ ਕਦੇ ਤੁਹਾਨੂੰ ਮੌਕਾ ਮਿਲਿਆ ਉਹਨਾਂ ਦਾ YouTube ਦੇਖੋ ਉਹਨਾਂ ਨੇ ਇੱਥੇ ਇੱਕ ਰੀਲ ਬਣਾਈ ਆ ਬਹੁਤ ਵਧੀਆ ਕਹਿੰਦੇ ਤੁਹਾਨੂੰ ਇਹ ਪਤਾ ਹੋਵੇ ਵੀ ਤੁਹਾਨੂੰ ਕਿੰਨੇ ਪੈਸੇ ਦੀ ਜ਼ਰੂਰਤ ਆ ਆਪਦੀ ਜ਼ਿੰਦਗੀ ਜਿਉਣ ਦੇ ਲਈ ਕੋਈ ਚੰਗ ਪੂਰਾ ਵਧੀਆ ਉਹ ਐਕਸਲ ਸ਼ੀਟ ਬਣਾ ਕੇ ਦੱਸਦੇ ਆ ਉਹ ਉਹ ਆਪ ਨੂੰ ਹਰੇਕ ਨੂੰ ਪਤਾ ਹੋਣਾ ਚਾਹੀਦਾ ਹਰੇਕ ਦੇ ਲਈ ਅਲੱਗ-ਅਲੱਗ ਆ ਉਹ ਵੀ ਕਿਸੇ ਦੇ ਲਈ ਹੋ ਸਕਦਾ ਵੀ ਇੰਨੀ ਅਮਾਉਂਟ ਹੋਵੇ ਕਿਸੇ ਲਈ ਉਦੋਂ ਜ਼ਿਆਦੇ ਵੱਡੀ ਅਮਾਉਂਟ ਹੋਵੇ ਕਿਸੇ ਲਈ ਉਸ ਤੋਂ ਵੱਡੀ ਅਮਾਉਂਟ ਹੋਵੇ ਪਰ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਇੰਨੇ ਕ ਪੈਸੇ ਮੇਰੇ ਕੋਲ ਹੋਣ ਤਾਂ ਮੇਰੀ ਜ਼ਿੰਦਗੀ ਵਧੀਆ ਚੱਲੂਗੀ ਠੀਕ ਹੈ ਤਾ ਦੋਸਤੋ ਏਸੀ ਇਸ ਬੁੱਕ ਦੀ ਸਾਈਕੋਲੋਜੀ ਆਫ ਮਨੀ ਦਾ ਅਗਲਾ ਚੈਪਟਰ ਨੈਵਰ ਇਨਫ ਵੈਨ ਰਿਚ ਪੀਪਲ ਡੂ ਕ੍ਰੇਜ਼ੀ ਥਿੰਗਸ ਇਹ ਬੁੱਕ ਦੇ ਵਿੱਚੋਂ ਜਿਹੜਾ ਮੈਂ ਇਸ ਬੁੱਕ ਤੋਂ ਇਸ ਚੈਪਟਰ ਤੋਂ ਸਮਝ ਪਾਇਆ ਉਹ ਤੁਹਾਨੂੰ ਨਾਲ ਸ਼ੇਅਰ ਕੀਤਾ ਹੈ ਤੁਸੀਂ ਵੀ ਇਸ ਬੁੱਕ ਨੂੰ ਪੜੋ ਜੇ ਤੁਹਾਨੂੰ ਕੋਈ ਹੋਰ ਇਹਦੇ ਵਿੱਚੋਂ ਤੁਹਾਡਾ ਹੋਰ ਕੋਈ ਪੁਆਇੰਟ ਆਫ View ਆ ਤਾਂ ਉਹ ਮੈਨੂੰ ਖੁਸ਼ੀ ਹੋਊ ਜੇ ਆਪਾਂ ਉਹਦੇ ਤੇ ਚਰਚਾ ਕਰੀਏ ਬੁੱਕ ਨੂੰ ਪੜਨ ਦੇ ਲਈ ਹਿੰਦੀ ਤੇ ਇੰਗਲਿਸ਼ ਦੋਵੇਂ ਵਿੱਚ ਪੜਨ ਲਈ ਮੈਂ ਲਿੰਕ ਡਿਸਕ੍ਰਿਪਸ਼ਨ ਵਿੱਚ ਦੇ ਦੂੰਗਾ ਤੁਸੀਂ ਬਾਈ ਕਰੋ ਬੁੱਕ ਨੂੰ ਤੇ ਜੇ ਮੇਰੀ ਕੋਸ਼ਿਸ਼ ਚੰਗੀ ਲੱਗੀ ਤਾਂ ਤੁਹਾਨੂੰ ਰਿਕੁਐਸਟ ਹੈ ਕਿ ਚੈਨਲ ਨੂੰ ਸਬਸਕ੍ਰਾਈਬ ਕਰੋ ਜੇ ਤੁਹਾਡੇ ਕੋਈ ਦੋਸਤ ਹੋਰ ਹੈਗੇ ਜਿਨ੍ਹਾਂ ਨੂੰ ਤੁਹਾਨੂੰ ਲੱਗਦਾ ਕਿ ਫਾਈਨੈਂਸ਼ੀਅਲ ਐਜੂਕੇਸ਼ਨ ਦੇ ਬਾਰੇ ਹੋਰ ਪੜਨ ਦੀ ਜ਼ਰੂਰਤ ਹੈ ਸਭ ਨੂੰ ਜ਼ਰੂਰਤ ਹੈਗੀ ਆ ਤਾਂ ਉਹਨਾਂ ਨਾਲ ਇਹ ਜਿਹੜੀ ਵੀਡੀਓ ਹੈਗੀ ਸ਼ੇਅਰ ਕਰਿਓ ਥੈਂਕ ਯੂ